ਅਸਲਾਮ ਅਲੈਕੁਮ ਜਨਾਬ, ਅੱਜ ਅਸੀਂ ਤਾਂਦਰਾ ਮੰਡੀ ਦਾ ਜਨਾਬ ਵਿਜ਼ਿਟ ਕਰ ਰਹੇ ਹਾਂ ਤੇ ਮਾਲ ਤੇ ਬਹੁਤ ਆਇਆ ਲੇਕਿਨ ਗਾਹਕ ਜਿਹੜਾ ਬਹੁਤ ਘੱਟ ਹੀ ਗਿਆ ਤੇ ਸਾਡੇ ਨਾਲ ਸਾਡੇ ਦੋਸਤ ਨੇ ਸਾਡੇ ਸਬਸਕ੍ਰਾਈਬਰ ਵੀ ਨੇ ਸਾਬਰ ਜੱਟ ਸਾਹਿਬ ਜਿਹੜੇ ਯੂਨਾਨ ਅਖਤਰਾਬਾਦ ਨਾਲ ਉਹਨਾਂ ਦਾ ਤਲਕ ਹੈ ਔਰ ਯੂਨਾਨ ਹੁੰਦੇ ਨੇ ਤੇ ਇਸ ਵਕਤ ਜ਼ਰਾ ਦਿਲ ਪਛੌੜੀ ਵਾਸਤੇ ਤੇ ਜ਼ਰਾ ਸੈਰ ਕਰਨ ਵਾਸਤੇ ਮੰਡੀ ਦਾ ਰੁਖ ਕੀਤਾ ਨੇ ਤੇ ਜਨਾਬ ਅਸਲਾਮ ਅਲੈਕੁਮ नजर चढ़े चंगा बस नजर चढ़ते पे वाहर डंगरां दे रेट 4 लाख 5 लाख 6 लाख इन इन मंग लेंदे ने इहदे नाल शौक कोई खत्म होवेगा या कोई शौक वधेगा जिंदे कोल वेखो जी असीं रहिंदे आं बाहर ते जे एक महीना लाई 1000 रुपया उत्ते सैलरी हो जाए तो आपां नूं तकरीबन 2 लाख रुपया इधर दा बन जाना ਬੰਦੇ ਆ ਜਿਹੜੇ ਪਿੰਡ ਦੇ ਬੰਦੇ ਆ ਉਹਨਾਂ ਨੂੰ ਬੜਾ ਸਾਰਾ ਮਸਲਾ ਬਣ ਜਾਂਦਾ ਇਹ ਵੈਸੇ ਵਪਾਰੀ ਬਾਹਰਲਿਆਂ ਨੂੰ ਵੇਖ ਕੇ ਤਾਂ ਨਹੀਂ ਰੇਟ ਵਧਾਉਂਦੇ ਬਾਹਰਲਿਆਂ ਨੂੰ ਜੋ ਇੰਗਲੈਂਡ ਆ ਗਏ ਆ ਜ਼ੁਲਮ ਦੇ ਬੰਦੇ ਆ ਵੀ ਉਹ ਕਹਿੰਦੇ ਉਹ ਛੋਟਾ ਜਿਹਾ
4 lakh ਰੁਪਏ ਲੈ ਕੇ ਜਦੋਂ ਦੀ ਉਹਨਾਂ ਨੇ ਪਰਵਰਿਸ਼ ਕਰਨੀ ਤੇ 2-3 ਸਾਲ ਪਾਲਣਾ ਤੇ 4 lakh ਤਾਂ ਉਹਨੇ ਖਾ ਜਾਣਾ। ਆ ਤੇ ਉਹਨੇ ਬਾਬਾ ਜੀ ਫਿਰ ਇਹ ਤੇਰਾ ਆ ਗਿਆ ਨਾ ਆਪਣਾ ਬੜੇ ਸਾਰੇ ਪੈਸੇ ਹੁੰਦੇ ਆਖਣਗੇ 15 lakh ਚਾਹੀਦਾ 15 lakh 15 ਤੇ ਮੇਰਾ ਲੱਗਾ ਹੋਇਆ ਤੁਸੀਂ ਵੈਸੇ ਤੁਸੀਂ ਇਹ ਦੱਸੋ ਕਿ ਅੱਛਾ ਜਾਨਵਰ ਲੈਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇਖਣੀਆਂ ਜ਼ਰੂਰੀ ਨੇ ਇੱਕ ਨਵੇਂ ਬੰਦੇ ਵਾਸਤੇ? ਉਹਦੀ ਜਨਾਬ ਗਾਂਚੀ ਵੇਖੋ ਕਿੰਨੀ ਗਿਆ ਜਿਵੇਂ ਆਹ ਦਿਸ ਰਹੇ ਆ, ਉਸ ਤੋਂ ਬਾਅਦ ਵੇਖੋ ਕੱਦ ਕਰਨ ਵਾਲੀ ਹੈ, ਰੰਗ ਜਿਹੜਾ ਮੁਸ਼ਕਾ ਹੈ ਤਾਂ ਅੱਛਾ ਹੋਵੇ ਬਸ ਸਹੀ ਹੈ, ਰੰਗ ਤਾਂ ਸੱਜੇ ਪਾਸੇ ਹੁਣ ਖੱਬੇ ਨਾ ਜਰਾ ਹੋਣ, ਇਹੋ ਜਿਹੀਆਂ ਨਿਸ਼ਾਨੀਆਂ ਨਿਸ਼ੂਨੀਆਂ ਮਾਸ਼ਾਅੱਲਾ ਸਹੀ ਹੈ। ਤੇ ਰੰਗ ਕਿਹੜੇ ਸੋਹਣੇ ਰੰਗ ਤਾਂ ਸਾਰੇ ਰੰਗ ਅੱਲਾ ਨੇ ਦਿੱਤੇ, ਪਰ ਚਿੱਟੇ ਰੰਗ, ਚਿੱਟੇ ਰੰਗ ਚ ਤੇ ਮੁਸ਼ਕੇ ਰੰਗ ਚ ਜ਼ਿਆਦਾ ਲੋਕ ਪਸੰਦ ਕਰਦੇ ਨੇ ਕਾਲੇ ਚ। ਬਹੁਤ ਮਿਹਰਬਾਨੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਹਾਡੇ ਨਾਲ ਮਿਲ ਕੇ ਬੜੀ ਸਾਰੀ ਖੁਸ਼ੀ ਹੋਈ ਹੈ। ਕਿਤੇ ਆਓ ਅਸਲਾਬਾਦ ਆਈ ਤੁਹਾਡੇ ਦਾਵਤ ਕਿਹਾ ਸਾਡੇ ਕੋਲ ਆਓ। ਲਓ ਜਨਾਬ ਮਾਸ਼ਾਅੱਲਾ ਮੰਡੀ ਦਾ ਰੁਖ ਕਰਨੇ ਹਾਂ ਜੀ, ਆਪਣੀ ਵੀਡੀਓ ਤਰਫ ਦੁਬਾਰਾ ਵਾਪਸ ਆ ਰਹੇ ਹਾਂ ਤੇ ਰੇਟ ਸ਼ੇਅਰ ਅਸੀਂ ਹਾਂਜੀ ਪੁੱਛਣੇ ਹਾਂ ਜੀ ਤੇ ਰੇਟ ਸ਼ੇਅਰ ਕੀ ਹੈਗੇ ਨੇ ਇੱਧਰ ਆ ਵੀ ਰੇਟ ਤੂੰ ਦੱਸ, ਤੂੰ ਪਰਾਂ ਖਲੋਤਾ ਹੋਇਆ ਵੱਧ ਹੋ ਗਏ ਪਰਾਂ ਖਲੋ ਕੇ ਅਸੀਂ ਜਾਣਾ ਕਿੰਨੇ ਪੈਸੇ ਲੋ ਜਨਾਬ ਇਹ ਨੰਬਰ ਭਾਈ ਹੋਰਾਂ ਦਾ ਆ ਗਿਆ। ਅੱਛਾ ਇੱਕੋ ਹੀ ਇਹ ਵੀ ਹਮਾਰੇ ਪਾਸ ਤੇ ਉਹ 10 ਫਿਰ ਉਹਨਾਂ ਦੇ ਰੇਟ ਦੱਸ ਦਿਓ ਇਹਦੇ ਕਿੰਨੇ ਕਿੰਨੇ ਪੈਸੇ ਨੇ ਅੱਗੇ ਉਹ ਫਰੇਮ ਦੇ ਕਿੰਨੇ ਕਿੰਨੇ ਪੈਸੇ ਹਾਂਜੀ ਇਹਦਾ ਨਾ 2.5 ਮੰਗ ਲਈ ਨਹੀਂ ਜੀ ਇਹਨਾਂ ਘੱਟ ਹੀ ਮੰਗ ਹੋ ਕਿੰਨੇ ਇਹਨਾਂ ਇੱਕ 60 ਹੈ ਇੱਕ ਇੱਕ 60 ਇੱਕ 7 60 ਯਾਰ 7 ਹੀ ਕਹਿ ਰਹੇ ਇੱਧਰ ਇੰਦੇ ਇਹਨਾਂ 7 ਪਾ ਦੇ ਤੁਸੀਂ ਯਾਰ 7 ਪਾ ਦੇ ਇੰਦੇ ਇਹਨਾਂ ਜੀ 1 ਲੱਖ ਦੀ ਕਿੰਨੀ ਉਮਰ ਹੋ ਗਈ ਅਮੀਨਪੁਰ ਬੰਗਲਾ ਵੀ ਜਾਂਦੇ ਨੇ ਔਰ ਤਾਂਦਲਾ ਮੰਡੀ ਦੇ ਵਿੱਚ ਵੀ ਆਪਣੇ ਜਾਨਵਰ ਲੈ ਕੇ ਆਉਂਦੇ ਨੇ ਸਾਹੀਵਾਲ ਦੇ ਇਲਾਕੇ ਦੇ ਨਾਲ ਇਹਨਾਂ ਦਾ ਜਨਾਬ ਥੱਲੇ ਹੈਗਾ ਤੇ ਮਾਸ਼ਾਅੱਲਾ ਇਹਨਾਂ ਕੋਲ ਜਿਹੜੇ ਜਾਨਵਰ ਹੈਗੇ ਨੇ ਜੀ ਤੇ ਅਗਲੇ ਮਜ਼ੀਦ ਜਿਹੜੇ ਜਾਨਵਰ ਨੇ ਅਸੀਂ ਤੁਹਾਨੂੰ ਇਸ ਮੰਡੀ ਦੇ ਵਿੱਚ ਦਿਖਾਉਣੇ ਆ ਸਾਡੇ ਨਾਲ ਰਿਹਾ ਰੋਲਿੰਗ ਹੈ ਢਾਈ ਲੱਖ ਰੁਪਏ ਮੰਗਦੇ ਹਾਂਜੀ ਹਾਂਜੀ ਮੂੰਹ ਤੋਂ ਫਿਰੀ ਹੈ ਫਿਰੀ ਹੈ ਤੇ ਬਿਲਕੁਲ ਯਕ ਰੰਗ ਹੈ ਕੋਈ ਸਫੈਦ ਵਾਲ ਨਹੀਂ ਇਹਦੇ ਚ ਚੰਗ ਦੀ ਨਸਲ ਦੀ ਹੈ ਨਾ ਨਾ ਲੱਗੀ ਹੈ ਬਾਹਰ ਪਿੱਛੋਂ ਫੜੀ ਹੋਈ ਹੈ ਨੰਬਰ 0302 2 lakh ਮੰਗਦੇ ਸਾਲ ਲੱਗਦਾ
जनाब वीडियो थोड़ी अच्छी लगी हो तो लाइक शेयर जरूर कीजिएगा, इंशाल्लाह थोड़े चैनल भी जनाब सब्सक्राइब कर लिया करो, वीडियो पूरी देखा करो, पूरा वॉच करो, बड़ी मेहरबानी है। जादू चाहना जनाब, अल्लाह हाफिज़।